ਕੀ ਹਾਲ ਚਾਲ ਸਾਰਿਆਂ ਦਾ ਅਸੀਂ ਅੱਜ ਫਿਰ ਆ ਗਏ ਇੱਕ ਨਵੀਂ ਵੀਡੀਓ ਦੇ ਨਾਲ ਅਤੇ ਅੱਜ ਅਸੀਂ ਮਤਲਬ ਇਸ ਟਾਈਮ ਅਸੀਂ ਹੈਗੇ ਹਾਂ ਫਿਰੋਜ਼ਪੁਰ ਦੀ ਦਾ ਪੇਪਰ ਹੈਗਾ 11 ਵਜੇ ਹੋਣਾ ਸਟਾਰਟ ਸੀ ਐੱਚ ਓ ਦਾ ਪੇਪਰ ਹੈਗਾ ਵਾ ਅਤੇ ਉਹਨਾਂ ਦਾ ਹੋਣਾ ਵਾ 11 ਵਜੇ ਸਟਾਰਟ ਅਤੇ ਹੁਣ ਵੱਜੇ ਆ 10:33 ਹੋ ਗਏ ਹੁਣ ਐਗਜੈਕਟ ਹੋਣੇ ਹੋਏ ਆ ਬਿਲਕੁਲ ਅਤੇ ਅਸੀਂ ਹੁਣ ਚੱਲੇ ਹਾਂ ਕੁੱਖ ਖਾਣ ਸਵੇਰ ਦਾ ਕੁਛ ਨਹੀਂ ਖਾਧਾ ਮੇਰਾ ਇਰਾਦਾ ਬਣਨ ਦਿਆ ਚਾਹ ਪੀਵਾਂ ਚਾਹ ਪੀਣ ਦਾ ਬੜਾ ਮਨ ਕਰਨ ਦਿਆ ਵਾ ਅਤੇ ਚਲੋ ਵੇਖਦੇ ਹਾਂ ਕਿ ਖਾਂਦੇ ਹਾਂ ਅਤੇ ਕੀ ਵੇਖਦੇ ਹਾਂ ਕੁਛ ਜਗ ਚੱਜ ਦੀ ਜਗ੍ਹਾ ਵੇ ਲੱਭਦੇ ਹਾਂ ਇੱਥੋਂ ਜੇ ਹੈਗੀ ਆ ਕੋਈ ਤਾਂ ਖਾਂਦੇ ਹਾਂ ਅੰਦਰ ਜਾ ਕੁਛ ਅਤੇ ਨਾਲ ਚਾਹ ਚਾਹ ਤਾਂ ਤੁਹਾਨੂੰ ਪਤਾ ਚਾਹ ਤੋਂ ਬਿਨਾਂ ਕੀ ਹੈਗਾ ਦੁਨੀਆਂ 'ਚ ਕੁਝ ਨਹੀਂ ਸਾਡੇ ਲਈ ਤਾਂ ਕੁਛ ਨਹੀਂ ਗਾ ਚਾਹ ਤੋਂ ਬਿਨਾਂ ਦੁਨੀਆਂ 'ਚ ਅਤੇ ਫਿਲਹਾਲ ਆ ਮੇਰੀ ਵੀਡੀਓ ਆਤੇ ਬਣਾਉਣ ਦਿਆ ਵਾ ਅਤੇ ਆਤੇ ਵੀ ਆਪਣੇ ਨਾਲ ਆ ਵੇਖੋ ਤੁਹਾਨੂੰ ਵਿਖਾ ਦਿੰਦੀ ਹਾਂ ਪੂਰਾ ਸਹੀ ਆ ਵਿਖਾਈ ਅੱਟ ਸੋਹਣਾ ਜਿਹਾ ਲੱਗੇ ਮੇਰਾ ਐਂਗਲ ਸਹੀ ਆ ਅਤੇ ਚਲੋ ਹੁਣ ਚੱਲਦੇ ਹਾਂ ਮਿਲਦੇ ਹਾਂ ਤੁਹਾਨੂੰ ਕੁਛ ਖਾਂਦੇ ਪੀਂਦੇ ਹੋਏ ਸ਼ਾਇਦ ਅਤੇ ਹੁਣ ਮਤਲਬ ਅਸੀਂ ਕੁਛ ਖਾਣ ਪੀਣ ਆ ਗਏ ਹਾਂ ਅਤੇ ਇੱਥੇ ਨਾਂ ਹੈਗਾ ਇਹਦਾ ਹਾਈਵੇ ਹੱਟ ਮਤਲਬ ਬੈਨ ਬੂਨ ਬੜੀ ਵਧੀਆ ਜਗ੍ਹਾ ਮੈਂ ਤੁਹਾਨੂੰ ਘੁੰਮਾਂ ਚਾਹ ਚੂ ਪੀਵਾਂਗੇ ਤੇ ਖਾਵਾਂਗੇ ਕਹਿੰਦੇ ਕਿਚਨ ਓਨ ਨਹੀਂ ਗੱਲ ਆਪਣਾ ਹੁਣ ਚਾਹ ਚੁੱਕੀ ਵਿਖਾ ਕੇ ਚਾਹ ਚਾਹ ਚੁੱਕੀ ਇਹਦੇ ਬਿਸਕੁਟ ਆ ਚੁੱਕੇ ਆ ਕ੍ਰੀਮਿਕਾ ਦੇ ਬਟਰ ਕੁਕੀਸ ਅਤੇ ਹੁਣ ਅਸੀਂ ਚਾਹ ਪੀਵਾਂਗੇ ਹਲੇ ਖਾਣ ਨੂੰ ਤਾਂ ਯਾਰ ਭੁੱਖ ਲੱਗੀ ਹੈ ਪਾਣੀ ਦੀ ਬੋਤਲ ਲੈ ਕੇ ਆਉਂਦੇ ਭਾਈ ਉਹੋ ਸੀਨ ਨਹੀਂ ਆਇਆ ਆਖਰੀ ਕੁਸ਼ ਬਿਸਲਰੀ ਕੀ ਲੈ ਗਈ ਪਾਣੀ ਦੀ ਬੋਤਲ ਆ ਗਈ ਖਾਣ ਲੱਗੇ ਦੇਖਦੇ ਹਾਂ ਕੁਛ ਖਾਣ ਨੂੰ ਬਣਾਉਂਦੇ ਭਾਈ ਅਤੇ ਫਿਰ ਖਾਂਦੇ ਸੁੰਦਰ ਮੁੰਦਰ ਬਣਾ ਗਏ ਜਗ੍ਹਾ ਤੇ ਬੜੀ ਸੋਹਣੀ ਆ ਪਰ ਖਾਣ ਨੂੰ ਯਾਰ ਕੁਛ ਨੀ ਮਿਲਿਆ ਕਿਚਨ ਕਹਿੰਦੇ ਬੰਦ ਹਾਲੇ ਕਹਿੰਦੇ ਇੱਕ ਵਜੇ ਬਣਾਉਣਾ ਉਦੋਂ ਤੱਕ ਤੇ ਦੀਦੀ ਹੋਣਾ ਨੇ ਵਿਹਲੇ ਵੀ ਹੋ ਜਾਣਾ ਤੇ ਉਦੋਂ ਤੱਕ ਇੰਨਾ ਕੰਟਰੋਲ ਕੌਣ ਕਰੇਗਾ ਸੋ ਅਸੀਂ ਹੁਣ ਕੁਛ ਖਾਵਾਂਗੇ ਅਤੇ ਕਿੱਥੋਂ ਖਾਵਾਂਗੇ ਚਲੋ ਵੇਖਦੇ ਹੁਣ ਕਿੱਥੋਂ ਖਾਣਾ ਵਾ ਅਸੀਂ ਇੱਥੇ ਢਾਬਾ ਆ ਗਏ ਹਾਂ ਢਾਬੇ ਦਾ ਨਾਂ ਹੈਗਾ ਆਪਣੀ ਹਵੇਲੀ ਢਾਬਾ ਅਤੇ ਢਾਬੇ 'ਤੇ ਆ ਗਏ ਹਾਂ ਫਿਲਹਾਲ ਅਤੇ ਇੱਥੇ ਵੇਖਦੇ ਹੁਣ ਕੁਛ ਖਾਣ ਨੂੰ ਆਤਿਫ ਦੇ ਅੰਦਰ ਚਲ ਗਿਆ ਵਾ ਅਤੇ ਹੁਣ ਮੈਂ ਬਾਹਰ ਬੈਠਾ ਗੱਡੀ 'ਚ ਵੇਟ ਕਰਨ ਲਿਆ ਦੇਖੋ ਵੇਖ ਕੇ ਆਉਣ ਲੱਗਾ ਉਹ ਕਿ ਬਣਿਆ ਹਾਲੇ ਕੁਛ ਕਿ ਨਹੀਂ ਮਤਲਬ ਹੈ ਕੋਈ ਗੱਲਬਾਤ ਅੰਦਰ ਖਾਣ ਪੀਣ ਵਾਲੀ ਕਿ ਇੱਥੇ ਵੀ ਬੰਦ ਹੀ ਇਤਰੇ ਇਹਨਾਂ ਦਾ ਵੀ ਕਿਚਨ ਨਹੀਂ ਆਉਣਾ ਹਾਲੇ ਮੈਂ ਗਿਆ ਸੀ ਅੰਦਰ ਅਤੇ ਮੈਂ ਬਾਹਰ ਆ ਗਿਆ ਫਿਰ ਅਤੇ ਅੰਦਰ ਕੁਛ ਮਤਲਬ ਹੈ ਨਹੀਂ ਮਤਲਬ ਹੈ ਖਾਣ ਪੀਣ ਵਾਲਾ ਪਰ ਮੈਂ ਗਾਰਲਿਕ ਨਾਨ ਖਾਣੇ ਸੀ ਉਹਨਾਂ ਉਹ ਕਹਿੰਦੇ ਹੈ ਨਹੀਂ ਗਾਰਲਿਕ ਨਾਨ ਅਤੇ ਬਟਰ ਨਾਨ ਮੈਂ ਬਾਹਰ ਆ ਕੇ ਬੈਠਾ ਵਾ ਬਣਾਉਂਦੇ ਆ ਅਤੇ ਮੈਂ ਆਤਿਫ ਨੂੰ ਕਿਹਾ ਮੈਂ ਕਿਹਾ ਫੋਨ ਕਰ ਦੀ ਮੈਨੂੰ ਮੈਂ ਬੈਗ ਨਹੀਂ ਲੱਭਣਾ ਜਾਏ ਅੰਦਰ ਬੜਾ ਬੋਰ ਹੋ ਗਿਆ ਸੀ ਮੈਂ ਅੰਦਰ ਗਰਮੀ ਯਾਰ ਬੜੀ ਸੀ ਉੱਥੇ ਤਾਂ ਕਰਕੇ ਬੈਠਾ ਨਹੀਂ ਗਿਆ ਮੈਂ ਗੱਡੀ 'ਚ ਆ ਗਿਆ ਹੁਣ ਮੈਂ ਜਾਊਂਗਾ ਅੰਦਰ ਉਹਦਾ ਫੋਨ ਆਏਗਾ ਅਤੇ ਤੁਹਾਨੂੰ ਮੈਂ ਵਿਖਾਉਂਦਾ ਲਓ ਢਾਬਾ ਅਰੇ ਢਾਬਾ ਵਾਕੇ ਵੀ ਦੁਕਾਨ 'ਚ ਲੱਗਣ ਦੀ ਮੈਂ ਉਹ ਕਰਨ ਡਿਆ ਕੀ ਨਾ ਕੁਛ ਨਹੀਂ ਸਾਨੂੰ ਲੱਭਾ ਖਾਣ ਲਈ ਅਤੇ ਹੁਣ ਅਸੀਂ ਵੇਰਕੇ ਦੇ ਰੁਕੇ ਇੱਥੇ ਅਤੇ ਹੁਣ ਅਸੀਂ ਖੀਰ ਜੀ ਖਾਣ ਲੱਗੇ ਹਾਂ ਖੀਰ ਵੇਖੋ ਮਿਲਦੀ ਹੈ ਖੀਰ ਦੇਖੋ ਇੱਥੋਂ ਕਿ ਨਹੀਂ ਖੀਰ ਖਾਓ ਮਿਲੂਗੀ ਤਾਂ ਖਾਵਾਂਗੇ ਯਾਰ ਬਾਕੀ ਕੋਈ ਚੀਜ਼ ਹੀ ਨਹੀਂ ਇੱਥੇ ਮਿਲ ਹੈ ਨਹੀਂ ਕੋਈ ਯਾਰ ਸਮਝ ਨਹੀਂ ਆਉਂਦੀ ਵਾਈ ਵਟ ਇਜ਼ ਦਿਸ ਸ਼ਹਿਰ ਬਾਕੀ ਆਪਾਂ ਮਤਲਬ ਹੁਣ ਵੀਡੀਓ ਬਣਾਉਣੀ ਸਟਾਰਟ ਕੀਤੀ ਉਹਦੇ 'ਚ ਇਹ ਮੇਰਾ ਨਿਊ ਸੈਟਅਪ ਜਿਹੜੀ ਹੁਣ ਵੀਡੀਓ ਮਤਲਬ ਬਣਾ
ਮਤਲਬ ਅੱਧੇ ਜਿਹੜੇ ਗੱਡੀ 'ਚ ਜਾ ਰਹੇ ਮਤਲਬ ਸੀਨੀਅਰ 'ਚ ਲਿੱਤੇ ਜਾਂਦੇ ਜ਼ਿਆਦਾ, ਮਤਲਬ ਉਹ ਲੈਂਸ ਥੋੜ੍ਹੇ ਲੈਂਸ ਕਰਕੇ ਥੋੜ੍ਹੀ ਦਿੱਕਤ ਹੁੰਦੀ ਆ। ਬਾਕੀ ਲੈਂਸ ਮੈਂ ਇੱਕ ਛੋਟਾ ਲਿਆਉਣ ਦੀ ਸੋਚਣ ਡਿਆ, ਮੈਂ ਲਿਆਊਂਗਾ ਇੱਕ ਦੋ ਦਿਨਾਂ ਤੱਕ ਜੇ ਮਾਹੌਲ ਚੱਲ ਜਾ ਬਣਿਆ। ਵੇਖੋ ਖੀਰ ਜੀ ਜੀ ਖੀਰ ਵੇਰਕਾ ਖੀਰ ਓਰੀਜਨਲ ਖੀਰ ਬਹੁਤ ਹੀ ਸਵਾਦਿਸ਼ਟ। ਚਲੋ ਬਾਕੀ ਮਿਲਦੇ ਇਹਨਾਂ ਨੂੰ ਥੋੜ੍ਹੀ ਦੇਰ ਬਾਅਦ ਜੇ ਕੁਛ ਮਿਲ ਜਾਂਦਾ। ਹੁਣ ਸਿੱਧਾ ਹੀ ਉੱਥੇ ਮਿਲਾਂਗੇ ਜੇ ਕੁਛ ਖਾਣ ਨੂੰ ਮਿਲੇਗਾ ਤੁਹਾਨੂੰ, ਢਾਬਾ ਢੁਬਾ ਵਧੀਆ ਮਿਲੇਗਾ। ਨਹੀਂ ਤਾਂ ਫਿਰ ਤੁਹਾਨੂੰ ਉਦੋਂ ਹੀ ਮਿਲਾਂਗੇ ਜਦੋਂ ਦੀਦੀ ਹੋਣੀ ਆ ਗਏ। ਦੀਦੀ ਹੋਣਾਂ ਨੂੰ ਅਸੀਂ ਵਿਖਾ ਨਹੀਂ ਸਕਦੇ, ਤੁਹਾਨੂੰ ਸਭ ਨੂੰ ਪਤਾ ਹੈ। ਚਲੋ ਲੈਟਸ ਗੋ, ਬਾਕੀ ਚਲੋ ਮਿਲਦੇ ਹਾਂ, ਠੀਕ ਹੈ। ਅਸੀਂ ਅੰਕਲ ਨੇ ਸਾਨੂੰ ਆ ਲਿਆ ਤੇ ਕੱਟ ਕੇ, ਬਹੁਤ ਮਜ਼ਾ ਆ ਗਿਆ। ਜਿਹੜੇ ਅਸੀਂ ਜਹਾਜ਼ ਕੜੂ ਖਾਂਦੇ ਨਾ ਉਹਦੇ ਨਾਲ ਕਾਫੀ ਜ਼ਿਆਦਾ ਹੈ, ਅਤੇ ਮਿੱਠਾ ਵੀ। ਪਰ ਜਿਹੜੀ ਅੰਕਲ ਚਟਨੀ ਪਾਉਂਦਾ ਨਾ ਸਾਰੇ ਪੈਸੇ ਹੋ ਗਏ ਆਪਣੇ ਕੋਲ ਆ ਗਏ ਆ। ਅਸੀਂ ਆ ਗਏ ਸਭੇ ਦੇ ਬਾਹਰ ਅਤੇ ਹੁਣ ਅਸੀਂ ਅੰਦਰ ਜਾਵਾਂਗੇ, ਅੰਦਰ ਭੀੜ ਬੜੀ ਹੈ। ਆਪਾਂ ਫਾਈਨਲੀ ਜਿੱਥੇ ਆਪਾਂ ਨਹੀਂ ਜਾਣਾ ਚਾਹੁੰਦੇ ਸੀ ਉੱਥੇ ਹੋ ਗਏ ਸਭੇ। ਨਾਚੋਸ ਨਾਚੋਸ ਲਿਆਂਦੇ ਆ ਫਿਟੇ ਮੂੰਹ, ਪਤਾ ਨਹੀਂ ਕੀ ਹੋ ਗਿਆ ਸਾਨੂੰ ਯਾਰ, ਖਾਣਾ ਪੀਣਾ। ਮਾਈ ਗੋਡ, ਮੈਂ ਲਿਆਂਦੀ ਆਈਸ ਟੀ ਪੈਪਸੀ ਤੇ ਮੈਨੂੰ ਲੱਗਦਾ ਮੈਨੂੰ ਬਦਲ ਕੇ ਮੈਨੂੰ ਲੱਗਦਾ ਮੈਨੂੰ ਵੀ ਪੈਪਸੀ ਲਿਆਉਣੀ ਪੈਣੀ ਲੱਗਣ ਦੀ ਆਈਸ ਟੀ। ਬੜੀ ਚਾਣਾ ਕਰਾਈ ਸੀ ਹਾਊ ਡਿਸਿੰਗ ਕਸ਼ਟਿੰਗ। ਵੇ ਸਾਲਾ ਕੀ ਪਾਣੀ ਕੁੜੀ ਹੋਵੇ ਦਾ ਲੂਣ ਆ ਲੱਗਣ ਦੇ ਪੱਤੀ ਪਾਕਦੇ ਪਾਣੀ ਚ ਗਰਮ ਕਰਕੇ ਪੀਣੀ ਹੈ ਛੀ। ਮੈਂ ਕਦੀ ਨਹੀਂ ਪੀਤੀ ਕਸਮ ਵਾਲੀ ਗੱਲ ਆਈਸ ਟੀ, ਮੈਂ ਪਹਿਲੀ ਵਾਰ ਟਰਾਈ ਕਰਨ ਲੱਗਾ ਤੇ ਪਰ ਬੇਕਾਰ ਹੈ ਤੇ ਪਹਿਲੀ ਵਾਰ ਜੀ ਬਰੋ ਸੌਟਕ ਬੜਾ ਬੇਕਾਰ ਬੜਾ ਬੇਕਾਰ ਹੈ ਨਹੀਂ ਕੰਮ। ਆਪਾਂ ਨੂੰ ਲਿਆਉਣਾ ਪੈਣਾ ਕੀ ਲਿਆਉਣਾ ਪੈਣਾ ਆਪਾਂ ਨੂੰ ਪੈਪਸੀ ਜਾਓ ਫਿਰ ਜਾਓ ਵੇਲਾ ਵੇਲਾ ਦੋਵੇਂ ਚੱਲਦੇ ਆ ਜੋ ਮੈਂ ਕਿਹੜਾ ਦਾ ਨੰਬਰ 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 ਕਿੰਨੇ ਦੀ ਹੈ ਪਤਾ ਨਹੀਂ ਮੈਨੂੰ, ਪੰਜਾਹ ਆਣੀ ਆ ਇਹ ਚੰਗਾ ਕੁੜੀ ਹੈ ਵੇ ਦਾ ਨਹੀਂ ਵਧੀਆ ਤਾਂ ਉਹ ਬੜੀ ਮਹਿੰਗੀ ਦਿੰਦੀ ਚੱਲ ਲੈ ਇੰਨਾ ਕੁੱਤੇ ਪੈਸੇ ਆ ਉਹ 50 ਲੈ ਜਾ ਯਾਰ ਵੱਧ ਮੈਂ ਆਇਆ ਇਹ ਮੈਂ ਵਾਪਸ ਕਰਕੇ ਆਉਂਗਾ ਵਾਪਸ ਨਹੀਂ ਕਰ ਦੀਦੀ ਨੂੰ ਪਿਆ ਦਾਂਗੇ ਜਲਦੀ ਕਰਕੇ ਆਓ ਗਰਮੀ ਬਹੁਤ ਲੱਗ ਰਹੀ ਅੰਦਰ। ਆ ਗਏ ਇਹ ਲੈ ਗਏ ਪੈਪਸੀ ਕੀ ਕਹਿੰਦੇ ਹੈ ਰੱਖੋ ਕਿਹਾ ਉਹਨਾਂ ਨੇ ਆਖਿਰਕਾਰ ਅਸੀਂ ਫਿਰ ਆਪਣੀ ਔਕਾਤ 'ਤੇ ਆ ਚੁੱਕੀ ਹਾਂ ਅਸੀਂ ਕੋਲਡ ਡਰਿੰਕ ਲੈ ਆਉਂਦੀ ਹੈ ਕਿਹੜੀ ਲੈਂਦੀ ਪੈਪਸੀ ਪੈਪਸੀ ਮਾਊਂਟੇਨ ਡਿਊ ਡਰ ਕੇ ਆ ਗਈ ਜੀਤ ਹੈ ਉਹ ਆਈਸ ਟੀ ਗੰਦੀ ਪਿਆਤੀ ਹੁਣ ਆਪ ਪੀ ਕੇ ਤੇ ਕੁੜੀ ਕੁੜੀ ਲੱਗਣ ਦੀ ਮੈਨੂੰ ਪੱਦ ਦਾ ਤੋਂ ਮਰਨਾ ਮੈਂ ਸੱਚੀ ਮਰ ਮੈਂ ਆਪ ਵੇਖਣੇ ਕਿੱਥੋਂ ਆਉਂਦੀ ਬੋ ਅਤੇ ਮੈਂ ਤੇ ਢੱਡ 'ਤੇ ਸ਼ੱਕ ਹੋਈ ਆ ਰਿਹਾ ਬਾਕੀ ਤੁਸੀਂ ਹੁਣ ਮਾਰਿਆ ਤੁਸੀਂ ਅੱਗੋਂ ਕਹਿੰਦੇ ਤੂੰ ਮਾਰਿਆ ਮੈਂ ਕਿ ਮੈਂ ਤਾਂ ਨਹੀਂ ਮਾਰਿਆ ਸੀ ਸੀ ਹਾਓ ਡਿਸਇੰਟਰਸਟਿੰਗ ਯੂਅਰ ਮੈਨ ਮਾਰਿਆ ਕਹਿੰਦੇ ਦੋ ਆਪਾਂ ਜਾਣੇ ਆ ਠੀਕ ਹੈ ਅਤੇ ਆਪਾਂ ਨੂੰ ਪਤਾ ਵਾ ਮੈਂ ਵੀ ਨਹੀਂ ਮਾਰਿਆ ਮੈਨੂੰ ਪਤਾ ਅਤੇ ਤੁਸੀਂ ਵੀ ਨਹੀਂ ਮਾਰਿਆ ਫਿਰ ਆ ਗਾਈ ਕਿੱਥੋਂ ਆ ਪੁਜਾਰੀ ਠੀਕ ਆ ਥੋੜ੍ਹੀ ਮੇਰੀ ਰੱਖੋ ਉੱਥੇ ਚਲੋ ਰੱਖ ਲਓ ਉਹ ਭਰਾਵਾ ਪੀਓ ਥੋੜ੍ਹੀ ਉਹ ਰੋਡ ਨਾ ਜਾਵੇ ਬੋ ਕਿੱਥੋਂ ਆਉਂਦੀ ਯਾਰ ਗੰਦੀ ਕਿੰਨੇ ਸਾਡੀ ਗੱਡੀ 'ਚ ਕਿਹੜਾ ਇਨਸਾਨ ਆਇਆ ਵਾ ਆਪੇ ਆ ਜਾਏ ਸਾਡੇ ਕੋਲ ਸੋਹਣ ਲੱਗੇ ਅੱਲਾ ਕਸਮ ਹਮਨੇ ਨਾ ਮਾਰਾ
चलो मिलते खा पी के ठीक है नहीं मिलना गया मेरी मुलाकात अज मतलब अगला दिन मैं कटिंग कुटिंग कराया वा कल मैं बड़ा थक गया तां करके सो गया ते हुण मैं हैगा फिलहाल घर कटिंग कुटिंग करा के हुण तेल जा लाया सिद्धू ते हुण चलो मिलते हैं तुहानू अगले व्लॉग च उदों तक अपना सारे ध्यान रखना ते चैनल नू सबसक्राइब करना लाइक करना बाई।